ਤਾਂ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਅਨਮਿੱਥੇ ਸਮੇਂ ਦੇ ਲਈ ਬਟਾਲਾ 'ਚ ਰੇਲਵੇ ਲਾਈਨਾਂ ਦੇ ਉੱਤੇ ਬੈਠ ਗਏ ਨੇ ਕਿਸਾਨ। ਗੰਨੇ ਦੀ ਬਕਾਇਆ ਰਾਸ਼ੀ ਤੇ ਐਕਵਾਇਰ ਜ਼ਮੀਨਾਂ ਦੇ ਮੁਆਵਜ਼ੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਦੱਸ ਦਈਏ ਕਿ ਅੰਮ੍ਰਿਤਸਰ ਪਠਾਨਕੋਟ ਰੂਟ ਕਿਸਾਨਾਂ ਨੇ ਬੰਦ ਕੀਤਾ ਹੋਇਆ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਉਹਨਾਂ ਦੀ ਮੰਗਾਂ ਨੇ ਬਾਕੀ ਨੇ, ਉਹਨਾਂ ਮੰਗਾਂ ਨੂੰ ਸਰਕਾਰ ਜਿਹੜਾ ਉਹ ਪੂਰਾ ਕਰੇ ਤੇ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ, ਗੌਰ ਨਹੀਂ ਕਰਦੀ ਤਾਂ ਪੰਜਾਬ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਗੌਰਤਲਬ ਹੈ ਕਿ ਕਿਸਾਨਾਂ ਨੇ ਗੰਨੇ ਦੀ ਬਕਾਇਆ ਰਾਸ਼ੀ ਤੇ ਐਕਵਾਇਰ ਜ਼ਮੀਨਾਂ ਦੇ ਮੁਆਵਜ਼ੇ ਦੇ ਲਈ ਸਰਕਾਰ ਕੋਲੋਂ ਮੰਗ ਕੀਤੀ ਹੈ ਤੇ ਹੋਰਨਾਂ ਮੰਗਾਂ ਦੇ ਲਈ ਮੰਗ ਕੀਤੀ ਹੈ ਤੇ ਜੇਕਰ ਸਰਕਾਰ ਇਹਨਾਂ ਮੰਗਾਂ ਤੇ ਗੌਰ ਨਹੀਂ ਕਰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਜਤਿੰਦਰ ਸੋਢੀ। ਜਤਿੰਦਰ, ਕੀ ਕੁਝ ਅਪਡੇਟ ਹੈ? ਕਿਸਾਨ ਜਿਹੜੇ ਨੇ ਬਟਾਲਾ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਰੇਲਵੇ ਲਾਈਨਾਂ ਦੇ ਉੱਤੇ ਬੈਠੇ ਨੇ। ਜਤਿੰਦਰ, ਬਿਲਕੁਲ ਜੀ, ਵਾਹਿਗੁਰੂ। ਕੱਲ ਜਿਹੜਾ ਇਹਨਾਂ ਨੇ ਕਿਸਾਨਾਂ ਦੇ ਵੱਲੋਂ ਜਿਹੜਾ ਅਣਮਿੱਥੇ ਸਮੇਂ ਦੇ ਲਈ ਹੈ ਜਿਹੜਾ ਧਰਨਾ ਜਿਹੜਾ ਬਟਾਲੇ ਦੇ ਉੱਪਰ ਜਿਹੜਾ ਰੇਲਵੇ ਟਰੈਕ ਦੇ ਉੱਪਰ ਲਗਾ ਦਿੱਤਾ ਸੀ, ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਜਿਹੜਾ ਰੇਲਵੇ ਲਾਈਨ ਹੈ ਤੋਂ ਬਟਾਲਾ ਦੇ ਉੱਪਰ ਪੂਰੀ ਤਰ੍ਹਾਂ ਜਿਹੜੀ ਠੱਪ ਜਿਹੜੀ ਕਰ ਦਿੱਤੀ ਗਈ ਸੀ। ਕਿਸਾਨਾਂ ਨੇ ਜਿਹੜਾ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿੰਨੀ ਦੇਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਓਨੀ ਦੇਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇੱਕ ਗੱਲ ਇਹ ਵੀ ਦੱਸ ਦਈਏ ਕਿ ਪਹਿਲਾਂ ਵੀ ਜਿਹੜਾ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾਂਦਾ, ਰੇਲਵੇ ਟਰੈਕ ਨੂੰ ਜਾਮ ਕੀਤਾ ਜਾਂਦਾ, ਤਾਂ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਭਰੋਸਾ ਦਿੱਤਾ ਜਾਂਦਾ ਕਿ 31 ਮਾਰਚ ਤੱਕ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਲੇਕਿਨ ਫਿਰ ਵੀ ਉਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕਿਸਾਨਾਂ ਦੇ ਵੱਲੋਂ ਹੁਣ ਅਣਮਿੱਥੇ ਸਮੇਂ ਦੇ ਲਈ ਧਰਨਾ ਜਿਹੜਾ ਲਗਾ ਦਿੱਤਾ ਗਿਆ। ਜੇ ਮਾਹੌਲ ਦੀ ਗੱਲ ਕਰ ਲਈ, ਮਾਹੌਲ ਕਿਤੇ ਨਾ ਕਿਤੇ ਭੜਕਦਾ ਨਜ਼ਰ ਹੀ ਆ ਰਿਹਾ ਤੇ ਕੱਲ 12 ਵਜੇ ਤੋਂ ਜਿਹੜਾ ਇਹਨਾਂ ਦਾ ਧਰਨਾ ਸ਼ੁਰੂ ਹੋਇਆ ਸੀ, ਰਾਤ ਦੇ ਸਮੇਂ ਵੀ ਕਿਸਾਨ ਜਿਹੜੇ ਰੇਲਵੇ ਟਰੈਕ ਦੇ ਉੱਪਰ ਹੀ ਡਟੇ ਨੇ ਤੇ ਹੁਣ ਵੀ ਇਹ ਜਿਹੜੇ ਕਿਸਾਨ ਇਸੇ ਤਰ੍ਹਾਂ ਹੀ ਡਟੇ ਹੋਏ ਆ। ਜਤਿੰਦਰ, ਜੋ ਅਸੀਂ ਤਸਵੀਰਾਂ ਦੇਖ ਪਾ ਰਹੇ ਹਾਂ, ਜੋ ਅਸੀਂ ਦਰਸ਼ਕਾਂ ਨੂੰ ਵਿਜ਼ੂਅਲਸ ਦਿਖਾ ਰਹੇ ਹਾਂ, ਔਰ ਨਜ਼ਰ ਆ ਰਿਹਾ ਸਿੱਧੇ ਤੌਰ ਤੇ ਕਿ ਕਿਸਾਨਾਂ ਦੇ ਵੱਲੋਂ ਟਰੈਕ ਦੇ ਨੇੜੇ ਤੇਰੇ ਜਿਹੜੇ ਗੱਦੇ ਨੇ ਉਹ ਵੀ ਪਾ ਦਿੱਤੇ ਗਏ ਨੇ, ਪੂਰਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ। ਜੀ, ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਹੌਲ ਹੈ ਇਸ ਟਾਈਮ ਦੇ ਉੱਪਰ, ਜਿਸ ਤਰ੍ਹਾਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਧਰਨਾ ਦਿੱਤਾ ਸੀ, ਪੂਰੀਆਂ ਤਿਆਰੀਆਂ ਸਨ ਕਿਸਾਨਾਂ ਦੀਆਂ, ਇਸੇ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਇੱਥੇ ਜਿਹੜੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਗਈਆਂ ਕਿ ਲਗਾਤਾਰ ਜਿਹੜਾ ਪੂਰਨ ਤੌਰ ਤੇ ਪੱਕੇ ਪੰਜਾਬੀ ਕਹਿੰਦੇ ਨੇ ਆਪਾਂ ਕਿ ਡੇਰਾ ਲਗਾਉਣ ਵਾਲੀ ਗੱਲ ਆ, ਤਾਂ ਗੱਦੇ ਵੀ ਉਹਨਾਂ ਦੇ ਵੱਲੋਂ ਜਿਹੜਾ ਔਰ ਲੰਗਰ ਪਾਣੀ ਦਾ ਇੰਤਜ਼ਾਮ ਵੀ ਜਿਹੜਾ ਕੀਤਾ ਗਿਆ ਪੱਕੇ ਤੌਰ ਤੇ, ਕਿਸਾਨ ਪੱਕੇ ਪੈਰੀ ਆਏ ਨੇ, ਤਾਂ ਉਹਨਾਂ ਦੀਆਂ ਮੰਗਾਂ ਨੇ ਕਿ ਜਿਹੜੀਆਂ ਗੰਨੇ ਦੀ ਬਕਾਇਆ ਰਾਸ਼ੀ ਦਿੱਤੀ ਜਾਵੇ, ਜਿਹੜਾ ਐਕਸਪ੍ਰੈਸ ਵੇ ਮਿਲ ਰਿਹਾ ਦਿੱਲੀ ਤੋਂ ਕਟਰਾ ਔਰ ਹਾਈਵੇ ਜਿਹੜੇ ਵੱਖ ਵੱਖ ਨਿਕਲ ਰਹੇ ਨੇ, ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ, ਤਾਂ ਉਹਨਾਂ ਨੇ ਦੱਸਿਆ ਕਿ ਉਹਦਾ ਬਣਦਾ ਮੁਆਵਜ਼ਾ ਜਿਹੜਾ ਇੱਕੋ ਜਿਹਾ ਸਾਰਿਆਂ ਨੂੰ ਮਿਲਣਾ ਚਾਹੀਦਾ, ਤਾਂ ਨਾਲ ਹੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਵੀ ਲੈ ਕੇ ਉਹਨਾਂ ਨੇ ਕਿਹਾ ਕਿ ਬਕਾਇਆ ਰਾਸ਼ੀ ਜਿਹੜੀ ਦਿੱਤੀ ਜਾਵੇ, ਜੇ ਨਹੀਂ ਹੈ ਤਾਂ ਵਿਆਜ ਸਮੇਤ ਜਿਹੜੀ ਦੇਣੀ ਪਵੇਗੀ, ਔਰ ਜਿਹੜੀਆਂ ਬੇਮੌਸਮੀ ਬਰਸਾਤ ਦੇ ਨਾਲ ਫਸਲਾਂ ਨੁਕਸਾਨੀਆਂ ਗਈਆਂ ਤਾਂ ਉਹਦਾ ਵੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਆ, ਉਹਦੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਹਾਲੇ ਤੱਕ ਗਰਦੌਰੀਆਂ ਨਹੀਂ ਹੋ ਰਹੀਆਂ ਜ਼ਮੀਨ ਦੀਆਂ, ਤਾਂ 50,000 acre ਦਾ ਜਿਹੜਾ ਮੁਆਵਜ਼ਾ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਸਰਕਾਰ ਦੇ ਕੋਲ। ਜੀ ਜੀ ਬਿਲਕੁਲ, ਮਤਲਬ ਬਹੁਤ ਬਹੁਤ ਸ਼ੁਕਰੀਆ ਜਤਿੰਦਰ। ਤਾਂ ਦੱਸ ਦਈਏ ਕਿ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਦੂਜਾ ਦਿਨ 'ਚ ਪ੍ਰਵੇਸ਼ ਹੋ ਚੁੱਕਿਆ ਹੈ। ਮਿੱਥੇ ਸਮੇਂ ਦੇ ਲਈ ਬਟਾਲਾ 'ਚ ਰੇਲਵੇ ਲਾਈਨਾਂ ਦੇ ਉੱਤੇ ਬੈਠ ਗਏ ਨੇ ਕਿਸਾਨ। ਗੰਨੇ ਦੀ ਬਕਾਇਆ ਰਾਸ਼ੀ ਤੇ ਐਕਵਾਇਰ ਜ਼ਮੀਨਾਂ ਦੇ ਮੁਆਵਜ਼ੇ ਨੂੰ ਲੈ ਕੇ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ। ਦੱਸ ਦਈਏ ਕਿ ਅੰਮ੍ਰਿਤਸਰ ਪਠਾਨਕੋਟ ਰੂਟ ਵੀ ਕਿਸਾਨਾਂ ਨੇ ਬੰਦ ਕੀਤਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਉਹਨਾਂ ਦੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਜੋ ਬਾਕੀ ਨੇ ਤੇ ਉਹਨਾਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਹੋਰ ਪ੍ਰਦਰਸ਼ਨ ਜਿਹੜਾ ਉਹ ਤੇਜ਼ ਕੀਤਾ ਜਾਵੇਗਾ। ਤਾਂ ਹੁਣ ਕਿਸਾਨਾਂ ਦਾ ਪ੍ਰਦਰਸ਼ਨ ਸਿੱਧੇ ਤੌਰ ਤੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪ੍ਰਦਰਸ਼ਨ ਦਾ ਅੱਜ ਦੂਜਾ ਦਿਨ ਹੈ। ਜਿਹੜੀਆਂ ਗੰਨੇ ਦੀ ਬਕਾਇਆ ਰਾਸ਼ੀ ਤੇ ਐਕਵਾਇਰ ਜ਼ਮੀਨਾਂ ਦੇ ਮੁਆਵਜ਼ੇ ਨੂੰ ਲੈ ਕੇ ਇਹ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਅੱਜ ਦੂਜੇ ਦਿਨ 'ਚ ਪ੍ਰਵੇਸ਼ ਹੋ ਚੁੱਕਿਆ ਹੈ। ਜੇਕਰ ਕਿਸਾਨਾਂ ਦੀ ਇਹ ਮੰਗਾਂ ਤੇ ਸਰਕਾਰ ਗੌਰ ਨਹੀਂ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ। ਪੂਰੇ ਪੰਜਾਬ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕਿਸਾਨਾਂ ਦੇ ਵੱਲੋਂ ਚਲਾਇਆ ਜਾਵੇਗਾ। ਈਵਨ ਹੈਂਡੀਕ੍ਰਾਫਟ ਮੈਟਲ ਵਰਲਡ ਕੀ ਦੁਨੀਆ ਮੇਂ ਆਪਕਾ ਸਵਾਗਤ ਹੈ। ਕਿਸੇ ਵੀ ਤਰ੍ਹਾਂ ਕੀ ਇਮਾਰਤ ਬਣਾਨੇ ਕੇ ਬਾਅਦ ਚਿੰਤਾ ਹੋਤੀ ਹੈ ਉਸੇ ਸਜਾਨੇ ਕੀ, ਤੋ ਇਸ ਚਿੰਤਾ ਕੋ ਭੂਲ ਕਰ ਸਜਾਈਏ ਆਪਣੇ ਸਪਨੋ ਕਾ ਘਰ, ਆਫਿਸ, ਹੋਟਲ, ਰਿਜ਼ੋਰਟ ਯਾ ਫਿਰ ਆਪਣੇ ਕਾਰੋਬਾਰੀ ਬਿਲਡਿੰਗ ਕੋ, ਫਿਰ ਚਾਹੇ ਵਹ ਵਾਸਤੂ ਕੇ ਹਿਸਾਬ ਸੇ ਹੋ ਯਾ ਫਿਰ ਆਧੁਨਿਕ ਸ਼ੈਲੀ ਕੇ ਹਿਸਾਬ ਸੇ, ਹਰ ਤਰ੍ਹਾਂ ਸੇ ਹਰ ਤਰ੍ਹਾਂ ਕੀ ਵਰਾਇਟੀ ਮਿਲੇਗੀ ਆਪਕੋ ਕੇਵਲ ਏਵਨ ਹੈਂਡੀਕ੍ਰਾਫਟਸ ਪਠਾਨਕੋਟ ਮੇਂ। ਦ ਮੈਟਲ ਡਿਕੋਰ ਵਰਲਡ ਐਂਡ ਦ ਲਾਰਜਸਟ ਸਟਾਕ ਕੀਪਿੰਗ ਯੂਨਿਟ ਆਫ ਮੈਟਲ ਡਿਕੋਰ ਇਨ ਦ ਰੀਜਨ, ਈਵਨ ਹੈਂਡੀਕ੍ਰਾਫਟ ਪਠਾਨਕੋਟ ਹੈ। ਮੈਨੂਫੈਕਚਰਸ, ਕਸਟਮਾਈਜ਼ਰਸ, ਇਨੋਵੇਟਰਸ, ਬਲਕ
सप्लायर्स एंड होलसेलर। एवन हैंडीक्राफ्ट्स पठानकोट की सबसे बड़ी खासियत है कि इनके द्वारा बनाया गया हर प्रोडक्ट जंग रहित प्रोडक्ट है। जी हाँ, रस्ट फ्री। एवन हैंडीक्राफ्ट्स पठानकोट के पास है वॉल आर्ट, वासेस एंड प्लांटर्स, मिरर्स एंड क्लॉक्स, फ्लोर एंड टेबल लैंप, कंसोल्स एंड नेस्टिंग टेबल्स, फिंगरिंग्स एंड स्टैचू एंड मच मोर। एवन हैंडीक्राफ्ट्स अंडरटेक इंटीरियर मेटल डेकोर प्रोजेक्ट्स, ये सब मिलेंगे आपको एक ही छत के नीचे। पंजाब, हिमाचल प्रदेश और जम्मू कश्मीर के लिए भी होलसेल एंड रिटेल की सेवा उपलब्ध है। इन दिनों मिलेगा आपको स्पेशल डिस्काउंट, तो एक बार जरूर आइए और मौका दीजिए एवन हैंडीक्राफ्ट्स पठानकोट को आपके सपनों की दुनिया को सजाने का। एवन हैंडीक्राफ्ट्स स्ट्रीट एडजॉइनिंग एवन केक्स एंड बेक्स, नजदीक पीर बाबा चौक, ढांगू रोड, पठानकोट। कॉन्टैक्ट नंबर 9417604147 या फिर 9780546।